ਕਿਆ ਨਾਹੀ ਘਰ ਤੇਰੇ, ਕਿਆ ਨਾਹੀ ਘਰ ਤੇਰੇ, ਕਿਆ ਨਾਹੀ ਘਰ ਤੇਰੇ, ਕਿਆ ਨਾਹੀ ਘਰ ਤੇਰੇ, ਸੱਚੇ ਸਾਹਿਬਾ ਸੱਚੇ ਸਾਹਿਬਾ ਬੋਲੋ, ਕਿਆ ਨਹੀਂ ਕਰਦੇ ਵਾਹ ਗੁਰੂ ਜੀ, ਕਿਆ ਨਹੀਂ ਕਰਦੇ ਕਿਆ ਨਹੀਂ ਕਰਦੇ, ਘਰ ਤਾਂ ਤੇਰੇ ਸਭ ਕਿਛ ਗਏ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਸਾਹਿਬਾ, ਕਿਆ ਨਹੀਂ ਕਰਦੇ, ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਕਨੇ ਕਿਆ ਨਹੀਂ ਘਰ ਤੇਰੇ, ਸੱਚੇ ਸਾਹਿਬਾ ਕਿਆ ਨਹੀਂ ਘਰ ਤੇਰੇ, ਕਿਆ ਨਹੀਂ ਘਰ ਤੇਰੇ, ਸਤ ਸੰਗਤ ਗੁਰੂ ਨਾਨਕ ਦੇ ਘਰ ਵਿੱਚ ਸਾਰੀਆਂ ਹੀ ਦਾਤਾਂ, ਕੋਈ ਧਨ ਮੰਗੇ, ਪੁੱਤਰ ਮੰਗੇ, ਮਕਾਨ ਮੰਗੇ, ਦੇਹ ਅਰੋਗਤਾ ਮੰਗੇ, ਜਿਤਨੀ ਝੋਲੀ ਲੈ ਕੇ ਆਪਣੇ ਗੁਰੂ ਜੀ ਦੇ ਦਰ ਤੇ ਕੋਈ ਆਉਂਦਾ, ਸਤਿਗੁਰੂ ਓਡੀਆਂ ਬਖਸ਼ਿਸ਼ਾਂ ਕਰ ਦਿੰਦੇ। ਧੰਨ ਬਾਬਾ ਆਨੰਦ ਸਿੰਘ ਜੀ ਵਚਨ ਕਰਦੇ ਸਨ, ਜਿਤਨੀ ਭਾਵਨਾ ਦਾ, ਜਿਤਨੀ ਭਾਵਨਾ ਦਾ ਬਰਤਨ ਲੈ ਕੇ ਆਪਣੇ ਗੁਰੂ ਦੇ ਦਰ ਤੇ ਆਏਗਾ ਪਿਆਰੇ, ਆ ਉਤਨੀਆਂ ਬਖਸ਼ਿਸ਼ਾਂ ਪਾ ਕੇ ਘਰ ਨੂੰ ਜਾਏਗਾ।
ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਜਦੋਂ ਬੀਬੀ ਸੁਲੱਖਣੀ ਆਈ, ਮਹਾਰਾਜ ਇੱਕ ਪੁੱਤਰ ਦੀ ਦਾਤ ਦੇ ਦਿਓ। ਪਾਤਸ਼ਾਹ ਕਹਿਣ ਲੱਗੇ, ਤੇਰੇ ਭਾਗਾਂ ਵਿੱਚ ਹੈ ਹੀ ਕੋਈ ਨਹੀਂ ਬੱਚਾ ਪੁੱਤਰ। ਮਹਾਰਾਜ ਜੀ ਸਭ ਦਰ ਗਾ ਕੇ ਆਈਆਂ, ਇੱਕ ਪੁੱਤ ਦੀ ਦਾਤ ਦੇ, ਤੇਰੇ ਭਾਗਾਂ ਵਿੱਚ ਨਹੀਂ ਸੁਲੱਖਣੀ ਹੈ। ਉਦਾਸ ਹੋ ਕੇ ਜਾ ਰਹੀ ਹੈ ਕਿਉਂ ਭਾਈ ਗੁਰਦਾਸ ਜੀ ਮਿਲ ਗਏ। ਬੀਬਾਂ ਕਿਉਂ ਰੋਂਦੀਆਂ? ਗੁਰੂ ਨਾਨਕ ਦੇ ਘਰ ਤਾਂ ਰੋਂਦੇ ਆਉਂਦੇ ਤੇ ਹੱਸਦੇ ਜਾਂਦੇ ਨੇ। ਪਿਆਰ ਨਾਲ ਬੋਲੋ, ਸ੍ਰੀ ਤੂੰ ਰੋ ਰਹੀ ਹੈ? ਕਹਿੰਦੀਆਂ, ਸਾਰੇ ਦਰ ਗਾ ਕੇ ਅੱਜ ਗੁਰੂ ਨਾਨਕ ਦੇ ਦਰ ਤੇ ਆਈ ਸਾਂ, ਇੱਕ ਪੁੱਤਰ ਮੰਗਣ, ਅੱਜ ਇੱਥੋਂ ਵੀ ਜਵਾਬ ਮਿਲੇ। ਸਤਿਗੁਰੂ ਕਹਿੰਦੇ ਨੇ, ਸੁਲੱਖਣੀਏ ਤੇਰੇ ਬਾਗਾਂ ਵਿੱਚ ਹੈ ਹੀ ਕੋਈ। ਭਾਈ ਗੁਰਦਾਸ ਜੀ ਨੇ ਜੁਗਤ ਦੱਸੀ, ਆਖਣ ਲੱਗੇ, ਕੱਲ੍ਹ ਸਤਿਗੁਰੂ ਜਦੋਂ ਸੈਰ ਕਰਨ ਬਾਹਰ ਆਉਣਗੇ ਨਾ, ਤੂੰ ਰਸਤੇ ਤੇ ਖੜੀ ਹੋ ਜਾ। ਤੇ ਹੱਥ ਜੋੜ ਕੇ ਬੋਲੀ, ਮਹਾਰਾਜ ਜੀ ਜੇ ਉਸ ਵੇਲੇ ਭਾਗਾਂ ਵਿੱਚ ਨਹੀਂ ਸੀ ਲਿਖਿਆ ਤੇ ਹੁਣ ਲਿਖ ਦਿਓ। ਸੰਗਤ ਬੋਲੋ, ਸ੍ਰੀ ਤੂੰ ਤਾਂ ਲੋਕ ਪ੍ਰਲੋਕ ਦਾ ਮਾਲਕ ਹੈ, ਤੇਰੀ ਇੱਥੇ ਵੀ ਚਲਦੀ ਹੈ, ਤੇਰੀ ਦਰਗਾਹ ਵਿੱਚ ਵੀ ਚਲਦੀ ਹੈ। ਦਰਗੇ ਕਾ ਬਸੀਟ ਜੋ ਹੋਇਆ, ਜਾਂ ਕਾ ਕਹਿਆ ਦਰਗੇ ਚੱਲੇ, ਸੋ ਕਿਸ ਕੋ ਨਦਰ ਲੈ ਆਵੇ ਕੱਲੇ। ਪਿਆਰ ਨਾਲ ਬੋਲੋ, ਸ੍ਰੀ ਸੁਲੱਖਣੀ ਅਗਲੇ ਦਿਨ ਰਾਤ ਤੇ ਖੜੋ ਗਈ, ਸਤਿਗੁਰੂ ਆ ਰਹੇ ਹਨ ਸੰਗਤਾਂ ਨਾਲ, ਮੱਥਾ ਟੇਕਿਆ, ਹੱਥ ਜੋੜ ਚੋਲੀ ਕਰਕੇ ਬੋਲੀ, ਇੱਕ ਪੁੱਤ ਦੀ ਦਾਤ ਦੇ। ਸਾਹਿਬ ਕਹਿਣ ਲੱਗੇ, ਕੱਲ ਜੋ ਤੈਨੂੰ ਕਿਹਾ ਸੀ ਤੇਰੇ ਭਾਗਾਂ ਵਿੱਚ ਨਹੀਂ। ਹੱਥ ਜੋੜ ਬੋਲੀ, ਜੇ ਉਸ ਵੇਲੇ ਭਾਗਾਂ ਵਿੱਚ ਨਹੀਂ ਸੀ ਲਿਖਿਆ ਪਾਤਸ਼ਾਹ, ਤੇ ਹੁਣ ਲਿਖ ਦਿਓ, ਤੇਰੀ ਕਲਮ ਕਿਸੇ ਰੋਕਣੀ ਹੈ? ਸਤਿਗੁਰੂ ਕਹਿਣ ਲੱਗੇ, ਇਹ ਬਾਤ ਤੂੰ ਕੱਲ ਤਾਂ ਨਹੀਂ ਕੀਤੀ ਸਾਡੇ ਨਾਲ, ਇਹ ਜੁਗਤ ਤੈਨੂੰ ਕਿਸ ਦੱਸੀ? ਕੋਲ ਖੜੋਤੇ ਸਨ ਭਾਈ ਗੁਰਦਾਸ ਜੀ। ਸਤਿਗੁਰੂ ਕਹਿਣ ਲੱਗੇ, ਭਾਈ ਸਾਹਿਬ ਇਹ ਜੁਗਤ ਤੁਸੀਂ ਤਾਂ ਨਹੀਂ ਦੱਸੀ। ਮਹਾਰਾਜ, ਫਿਰ ਤੇਰੇ ਦਰ ਤੇ ਕੋਈ ਆਵੇ ਫਿਰ ਉਹ ਖਾਲੀ ਕਿਵੇਂ ਜਾਵੇ? ਉਚਾਰਨ ਕਰੋ, ਸ੍ਰੀ ਵੱਡੇ ਦਾਤੇ ਨੂੰ ਲਾਜ ਲੱਗਦੀ ਹੈ ਨਾ ਕੋਈ ਖਾਲੀ ਜਾਵੇ। ਸਤਿਗੁਰੂ ਕਹਿਣ ਲੱਗੇ, ਅੱਛਾ ਕਾਗਜ਼ ਕਲਮ ਲਿਆ ਲਿਖ ਦੇ। ਹੁਣ ਕਾਗਜ਼ ਕਿੱਥੇ ਤੇ ਕਲਮ ਕਿੱਥੇ? ਕੋਈ ਪੜ੍ਹੇ ਲਿਖੇ ਲੋਕ ਤਾਂ ਉਸ ਵੇਲੇ ਨਹੀਂ ਸਨ ਨਾ, ਐਡੀਆਂ ਪੜ੍ਹਾਈਆਂ ਨਹੀਂ ਸਨ। ਦੌੜ ਕੇ ਗਈ, ਘੜੇ ਦੀ ਟੁੱਟੀ ਠੀਕਰੀ ਚੁੱਕ ਲਿਆ। ਮਹਾਰਾਜ ਜੀ ਇਸੇ ਤੇ ਲਿਖ ਦਿਓ। ਬਈ ਲਿਖੀਏ ਕਿਸ ਨਾਲ, ਕਲਮ ਕਿੱਥੇ ਹੈ? ਕਹਿਣ ਲੱਗੇ, ਕਹਿਣ ਲੱਗੀ ਇਸ ਲਖਣੀ, ਤੁਹਾਡੇ ਪੱਠੇ ਵਿੱਚ ਤੀਰ ਪਏ ਨਾ, ਤੀਰ ਦੀ ਨੋਕ ਨਾਲ ਚੱਲ ਲਿਖੋ। ਤੇ ਮੇਰੇ ਪਾਤਸ਼ਾਹ ਜਦੋਂ ਏਕਾ ਪਾਉਣ ਲੱਗੇ ਨਾ, ਸੋਚਿਆ ਇੱਕ ਮੰਗਣ ਆਈ ਹੈ, ਇੱਕ ਦਿੱਤਾ, ਤੇ ਫਿਰ ਵੱਡੇ ਦੀਆਂ ਵਡਿਆਈਆਂ ਕਿਹੜੀਆਂ ਹੋਈਆਂ? ਏਕੇ ਦੀ ਜਗ੍ਹਾ ਸੱਤ ਲਿਖ ਦਿੱਤੇ, ਆਖਿਆ ਸੁਲੱਖਣੀਏ ਤਾਂ ਸੱਤ ਲਿਖੇ ਗਏ। ਕਹਿਣ ਲੱਗੀ, ਮਹਾਰਾਜ ਜੀ ਲੋੜੀ ਸੱਤਾਂ ਦੀ ਸੀ। ਉਚਾਰਨ ਕਰੋ, ਸ੍ਰੀ ਜੇਵਡ ਆਪ ਤੇਵਡ ਤੇਰੀ ਦਾਤ। ਜਿੱਡੀ ਭਾਵਨਾ ਕਰਕੇ ਗੁਰੂ ਨਾਨਕ ਦੇ ਦਰ ਤੇ ਆਵੇਗਾ, ਤਿੰਨ ਗੱਲਾਂ ਯਾਦ ਰੱਖ ਗੁਰੂ ਦੀਆਂ। ਇੱਕ ਤਾਂ ਜੋ ਕੁਝ ਮਿਲ ਗਿਆ ਉਹਦਾ ਸ਼ੁਕਰਾਨਾ ਕਰ, ਨਹੀਂ ਮਿਲਿਆ ਸਬਰ ਕਰ, ਦੂਜਾ ਅਹੰਕਾਰ ਨਾ ਕਰ, ਤੇ ਤੀਜਾ ਆਪਣੇ ਗੁਰੂ ਜੀ ਦਾ ਦਰ ਛੱਡ ਕੇ ਨਾ ਜਾ, ਇੱਕ ਦਿਨ ਤੇਰੀ ਚੋਲੀ ਜ਼ਰੂਰ ਭਰਨਗੇ। ਕਿਆ ਨਾਹੀਂ ਕਿਆ ਨਹੀਂ ਕਰਦੇ ਸਾਚੇ ਸਾਹਿਬਾ, ਸਾਚੇ ਸਾਹਿਬਾ ਬਲ ਜੀ ਬਲ ਸਾਚੇ ਸਾਹਿਬਾ, ਸਾਚੇ ਸਾਹਿਬਾ ਵਾਹਿਗੁਰੂ ਜੀਓ। ਕਿਆ ਨਹੀਂ ਨਹੀਂ
ਸਾਗਰ ਤੇਰੇ ਸ਼੍ਰੀ ਹਰਿ ਕ੍ਰਿਸ਼ਨ ਤਿਆ ਸਗਾਏ ਸ਼੍ਰੀ ਹਰਿ ਕ੍ਰਿਸ਼ਨ ਆਈਏ।